ਕਰਾਸ ਹੈ ਸੂਆ ਦੂਸਰਾ ਸੂਈ ਹੈ ਚੁਆਈ ਦੀ ਇੱਕ ਹੋਈ ਹੈ ਆਈ ਸਾਹਿਬ ਪਹਿਲੀ ਚੁਆਈ ਚ ਕਿੰਨਾ ਬੋਲਾ ਕੱਢਿਆ ਭਾਈ ਨੌ ਤੂੰ 10 ਕਿਲੋ ਬੋਲਾ ਕੱਢਿਆ ਅਲਹਮਦੁਲਿਲਾ ਬੱਚੇ ਨੂੰ ਪਿਆ ਜਾਨ ਨੂੰ ਪਿਲਾ ਕੇ ਪਹਿਲੀ ਚੁਆਈ ਚ 9 ਤੋਂ 10 ਕਿਲੋ ਮੋਨੀ ਕਾਦਾਵਰ ਸੂਆ ਦੂਸਰਾ ਸੂਈ ਹੈ ਮਜ਼ਬੂਤ ਕਰਾਸ ਬਰੀਡ ਅੱਛੀ ਹੈ ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਸੋਮਵਾਰ ਦਾ ਤੇ ਇਸ ਟਾਈਮ ਫਹਿਰੇ ਸਿਆਲਕੋਟ ਸਿਆਲਕੋਟ ਦੀ ਸ਼ਾਨ ਸਿਆਲਕੋਟ ਦੇ ਨਾਮਵਰ ਜ਼ਿੰਦਾ ਦਿਲ ਤੇ ਬਾ ਇਤਮਾਦ ਵਪਾਰੀ ਹਾਜੀ ਅੱਬਾਸ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਹਾਜੀ ਸਾਹਿਬ ਨੇ ਇੱਕ ਦਫ਼ਾ ਫਿਰ ਦਿਲਹੋਸ਼ ਕੀਤਾ ਮਿਹਨਤ ਕਰਕੇ ਦੋਸਤਾਂ ਵਾਸਤੇ ਇੱਕ ਨਾਮੀ ਗ੍ਰਾਮੀ ਸ਼ੋਕੀਆ ਗਾਂ ਇਸ ਤੋਂ ਇਲਾਵਾ ਇੱਕ ਝੋਟੀ ਤੇ 2 ਕੱਟੇ ਵੀ ਲੈ ਕੇ ਆਏ ਨੇ ਤੇ ਕੱਟੇ ਸਮਝੋ ਕਿ ਪੈਕੇਜ ਹੀ ਹੈ ਕਮ ਅਜ਼ ਕਮ ਕੀਮਤ ਜੀ 40,000 ਤੇ ਮਾਸ਼ਾਅੱਲਾ ਜੀ 17-18 ਕਿਲੋ ਦੁੱਧ ਵਾਲੀ ਵੈੜ ਹੈ ਉਹਦਾ ਵੀ ਸ਼ੋਅ ਕਰਾਉਂਦੇ ਹਾਂ ਸਾਰੇ ਜਾਨਵਰਾਂ ਦੀ ਇੱਕ ਇੱਕ ਕਰਕੇ ਤਸੱਲੀ ਕਰਾ ਦਿੰਦੇ ਹਾਂ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਫਰਾਜ਼ ਭਾਈ ਕੀ ਹਾਲ ਹੈ ਜੀ ਅੱਲਾ ਪਾਕ ਦਾ ਬੜਾ ਸ਼ੁਕਰ ਦੀ ਜ਼ਾਤ ਦਾ ਬੜਾ ਕਰਮ ਹੈ ਸਾਹਿਬ ਤੁਸੀਂ ਸੁਣਾਓ ਠੀਕ ਹੋ ਸਭ ਹੈਰੀਅਤ ਅੱਲਾ ਦਾ ਇਹਸਾਨ ਹੈ ਅੱਲਾ ਦਾ ਸ਼ੁਕਰ ਹੈ ਫਰਾਜ਼ ਭਾਈ ਵੀਰਾਂ ਭਰਾਵਾਂ ਦੁਆਵਾਂ ਨਾਲ ਤੁਹਾਡੀਆਂ ਦੁਆਵਾਂ ਨਾਲ ਤਾਂ ਅੱਜ ਤੁਹਾਡੀ ਵੀਡੀਓ ਬਣਾਈ ਹੈ ਐਮਰਜੈਂਸੀ 'ਚ ਅਚਾਨਕ ਹੀ ਅਚਾਨਕ ਤੁਸੀਂ ਨੀਲਾ ਨਾ ਤੁਸੀਂ ਆ ਕੇ ਡੰਗਰ ਸਿੱਧੇ ਕਰੋ ਵੀਡੀਓ ਬਣਾ ਲਈਏ ਚਲੋ ਕੋਈ ਗੱਲ ਨਹੀਂ ਭਰਾਓ ਤੁਸੀਂ ਵੀਰ ਹੋ ਅੱਛਾ ਫਰਾਜ਼ ਭਾਈ ਇਹ ਜਿਹੜੇ ਭਰਾਵਾਂ ਦਾ ਕੋਈ ਕਲੇਮ ਹੁੰਦਾ ਨਾ ਵੀਡੀਓ ਬਣਾਉਂਦੇ ਹੋ ਸਾਡੀ ਹੈ ਚਾਹੇ ਅਸੀਂ ਆ ਚਾਹੇ ਕੋਈ ਹੋਰ ਹੈ ਠੀਕ ਹੈ ਜਿੰਨਾ ਭਰਾਵਾਂ ਦੀ ਵੀਡੀਓ ਬਣਾਉਂਦੇ ਹੋ ਨਾ ਉਹਨਾਂ ਨੇ ਮਾਮਲਾ 'ਚ ਵੀ ਦੂਰ ਕਰਾਇਆ ਜੀ ਸਰ ਬਿਹਤਰ ਹੋ ਗਿਆ ਕਈਆਂ ਭਰਾਵਾਂ ਮੇਰੇ ਕੋਲ ਨੰਬਰ ਮੰਗੇ ਨੇ ਠੀਕ ਹੈ ਮੈਂ ਉਹਨਾਂ ਨੂੰ ਦਿੱਤਾ ਫਰਾਜ਼ ਭਾਈ ਹੋਰ ਵੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਤੁਹਾਡਾ ਨੰਬਰ ਤਾਂ ਅੱਲਾ ਦੇ ਹੁਕਮ ਨਾਲ ਉਸੇ ਸਕਿੰਟ 'ਚ ਮਿਲੇਗਾ ਅਤੇ ਜਿਹੜਾ ਕੋਈ ਮਾਮਲਾ ਹੁੰਦਾ ਨਾ ਅਗਰ ਵਪਾਰੀ ਭਰਾ ਨਹੀਂ ਕਲੀਅਰ ਕਰਦੇ ਭਰਾ ਨੇ ਵੀਰ ਨੇ ਸਾਰੇ ਵੀਡੀਓ ਬਣਾਉਣ ਵਾਲੇ ਨਸੀਬ ਆਪਣੇ ਨੇ ਮੈਂ ਉਹਦੇ 'ਤੇ ਚਿੱਕੜ ਸੁੱਟਾਂ ਮੇਰੇ 'ਤੇ ਕੋਈ ਨਹੀਂ ਭਲਵਾਨੀ ਠੀਕ ਹੈ ਨਸੀਬ ਆਪਣੇ ਨੇ ਆਈ ਸਮਝ ਲੇਕਿਨ ਜਿੱਦਾਂ ਕਲੇਮ ਹੁੰਦਾ ਨਾ ਫਰਾਜ਼ ਭਾਈ ਉਹਨੂੰ ਖਤਮ ਕਰਾਓ ਅਤੇ ਫਿਰ ਵੀਡੀਓ ਲਾਓ ਉਹਦੀ ਚਾਹੇ ਮੈਂ ਵਾਂ ਠੀਕ ਹੈ ਅਤੇ ਕਰੋ ਅੱਲਾ ਇਨਸ਼ਾਅੱਲਾ ਅੱਲਾ ਚੰਗੀਆਂ ਕਰੇ ਰੱਖਣਾ ਸ਼ੌਕ ਵੀ ਭਾਈ ਸਾਹਿਬ ਲੋਕੇਸ਼ਨ ਵੀ ਦੋਸਤਾਂ ਨੂੰ ਸਮਝਾ ਦਿਓ ਭਾਈ ਜ਼ਿਲ੍ਹਾ ਵੀ ਸਿਆਲਕੋਟ ਹੈ ਤਹਿਸੀਲ ਵੀ ਸਿਆਲਕੋਟ ਹੈ ਪੀਰੋ ਚੱਕ ਤੋਂ 1.5-2 ਕਿਲੋਮੀਟਰ ਹੈ ਅਤੇ ਵੜੀਓ ਸਟਾਪ ਤੋਂ 1.5-2 ਕਿਲੋਮੀਟਰ ਹੈ ਘੁੰਮੇ ਕੀ ਸਟਾਪ ਤੋਂ ਨਵਾਂ ਪਿੰਡ ਕੌੜ ਕੌੜਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਅਗਰ ਕਿਸੇ ਦੋਸਤ ਨੂੰ ਕੋਈ ਸ਼ਿਕਾਇਤ ਗਿਲਾ ਕਿਸੇ ਦੋਸਤ ਸਾਡੇ ਚੈਨਲ ਤੋਂ ਜਾਨਵਰ ਲਿਆ ਅਗਰ ਮੇਰਾ ਨੰਬਰ ਨਹੀਂ ਮਿਲਦਾ ਕਾਫੀ ਦੋਸਤਾਂ ਦੀ ਵੀਡੀਓ ਬਣਦੀ ਹੈ ਸਭ ਦੀ ਬਣਦੀ ਹੋਰ ਵੀ ਕਾਫੀ ਦੋਸਤ ਨੇ ਡੇਲੀ ਵੀਡੀਓ ਬਣਦੀ ਹੈ ਮੇਰੇ ਤੱਕ ਜਿਹੜਾ ਦੋਸਤ ਇਨਸ਼ਾਅੱਲਾ ਪਹੁੰਚੇਦਾ ਜਿੰਨੀ ਉਹਦੀ ਸ਼ਿਕਾਇਤ ਹੋਏ ਦੀ ਇਨਸ਼ਾਅੱਲਾ ਦੂਰ ਕਰਾਂ ਦੇ ਕੋਸ਼ਿਸ਼ ਆਈਏ ਕਿ ਕੋਈ ਮਸਲਾ ਸ਼ਿਕਾਇਤ ਨਾ ਹੀ ਹੋਏ ਬਾਈ ਲਿਆਓ ਜੀ ਗਾਂ ਭਰਾ ਨੰਬਰ ਨਹੀਂ ਦਿੰਦੇ ਦੇਣਾ ਸਾਰੇ ਨਹੀਂ ਦਿੰਦੇ ਤੁਹਾਡੀ ਗੱਲ ਵੀਡੀਓ ਵਾਲੇ ਨੰਬਰ ਨਹੀਂ ਦੇਣਾ ਪਸੰਦ ਕਰਦੇ ਮੈਂ ਦੇਣਾ ਪਸੰਦ ਕਰਨਾ ਜੀ ਆਈ ਸਾਹਿਬ ਬਿਹਤਰ ਹੋ ਗਿਆ ਦੂਸਰਾ ਆਈ ਸਾਹਿਬ ਨੇ ਜ਼ਿਕਰ ਕੀਤਾ ਕਿ ਵੀਡੀਓ ਅਚਾਨਕ ਤੁਹਾਡੀ ਹੈ ਗਾਂ ਨੇ ਮਜਬੂਰ ਕੀਤਾ ਕਿ ਤੁਹਾਡੀ ਵੀਡੀਓ ਬਣਾਈ ਜਾਏ ਮਾਸ਼ਾਅੱਲਾ ਜੀ ਬ੍ਰਾਂਡ ਫਰਾਜ਼ ਭਾਈ ਬ੍ਰਾਂਡ ਲਿਆਉਂਦਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਹੈ ਵੀ ਮੋਨੀ ਬ੍ਰਾਂਡ ਵੈੜ ਲਿਬਾਸ ਦੋਸਤਾਂ ਵੇਖਣਾ ਕਾਲੇ ਪਾਵਰਫੁਲ ਸੋਹਣੇ ਮੁੱਠੀ ਤਨ ਲੱਗੇ ਨੇ ਸੋਹਣੀ ਪੰਡ ਪਾਈ ਹੈ ਮਾਸ਼ਾਅੱਲਾ ਜੀ ਮਨ ਦਾ ਕਹੀਏ ਜਾਂ ਪੌਣੇ ਮਨ ਦਾ ਕਹੀਏ ਛੱਡਾ ਮਾਸ਼ਾਅੱਲਾ ਯਾਰ ਛੱਡੋ ਇਹ ਵੀਰ ਭਰਾ ਇਨਸਾਨ ਮਾਸ਼ਾਅੱਲਾ ਜੀ ਸੁਬਾ ਕਿੰਨਵਾਂ ਸੂਈ ਹੈ ਤੇ ਕਿਦੋਂ ਦੀ ਸੂਈ ਹੈ ਭਾਈ ਦੂਸਰਾ ਸੁਬਾ ਸੂਈ ਹੈ ਤੇ ਸਰਗੀ ਵੈੜ ਸੂਈ ਹੈ ਤੇ ਸਵੇਰੇ ਸੁਬਾ 6 ਵਜੇ ਦੀ ਚੁਆਈ ਹੋਈ ਹੈ ਠੀਕ ਹੈ ਇਹ ਵੈੜੀਆਂ ਨਹੀਂ 24-24 ਘੰਟੇ ਡਾਕੇ ਲਾਉਣ ਵਾਲੀਆਂ ਤੇ ਨਾ ਹਜੇ ਬਾਅਦ 24-24 ਘੰਟੇ ਡਾਕੇ ਲਵਾਉਂਦਾ ਠੀਕ ਹੈ ਹੁਣ ਮੈਂ ਇੱਕ ਗੱਲ ਦੀ ਵਜ਼ਾਹਤ ਕਰਦਾ ਦਿਨ ਇਤਵਾਰ ਦਾ ਵੀਡੀਓ ਐਸਟਮ ਬੰਦੀ ਵੀ 7:13 ਹੋ ਗਏ ਨੇ ਸ਼ਾਮ ਦਾ ਟਾਈਮ ਹੈ ਸੋਮਵਾਰ ਇਸ ਵਜ੍ਹਾ ਤੋਂ ਬੋਲਿਆ ਕਿਉਂਕਿ ਸੁਬਹ ਸੋਮਵਾਰ ਨੂੰ ਆਈ ਸਾਹਿਬ ਦੀ ਵੀਡੀਓ ਚੱਲਣੀ ਹੈ ਤੇ ਇਹ ਸੂਈ ਹੈ ਅੱਜ ਸੁਬਹ ਸੂਈ ਹੈ ਠੀਕ ਹੈ ਭਾਈ ਲਿਆਓ ਜੀ ਆਈ ਸਾਹਿਬ ਚੁਆਈ ਕੀ ਕੀਤੀ ਹੈ ਜੀ ਇੱਕ ਚੁਆਈ ਫਰਾਜ਼ ਭਾਈ ਕੀਤੀ ਖਿਲਾ ਰਿਹਾ ਭਾਈ ਇੱਥੇ ਜ਼ਰਾ ਲੰਮੀ ਖਿਲਾ ਰਿਹਾ ਨਲਕਾ ਹੋਏਗਾ ਫਰਾਜ਼ ਭਾਈ ਨਲਕਾ ਹੋਏਗਾ ਅੰਕਲ ਜੀ ਜਾ ਜ਼ਰਾ ਅੱਗੇ ਕਰਿਓ ਕੋਈ ਥਣ ਦਾ ਕੋਈ ਕਿਸੇ ਸ਼ਹਿਰ ਆਇਬ
ਨਾੜੂ ਦੋਸਤਾਂ ਵੇਖ ਲੈਣਾ, ਕੱਚਾ ਨਾੜੂ ਸਾਹਮਣੇ ਨਜ਼ਰ ਆ ਰਿਹਾ, ਨਾੜੂ ਵੀ ਨਹੀਂ ਸੁੱਕਿਆ, ਠੀਕ ਹੈ ਬੱਚਾ ਵੀ ਸਿਹਤਮੰਦ ਹੈ ਮਾਸ਼ਾਅੱਲਾ ਜੀ। ਵੈੜ ਵੀ ਦੋਸਤਾਂ ਵੇਖਣੀ ਹੈ ਬਾਈ, ਵੈੜ ਦੀ ਲਾਜ਼ਰ ਸਿੱਧੀ ਕਰਾਓ ਦੋਸਤਾਂ ਨੂੰ, ਤੁਹਾਨੂੰ ਵੀ ਚੈੱਕ ਕਰਾਈਏ ਭਾਈ ਸਾਹਿਬ, ਸੁਆਹ ਕਿੰਨਵਾਂ ਸੂਈ ਹੈ ਰਾਜ ਭਾਈ? ਦੂਸਰਾ ਗਰੰਟੀ ਨਾਲ ਸੁਆਹ ਹੈ, ਸੁਆਹ ਗਰੰਟੀ ਨਾਲ ਦੂਸਰਾ ਭਾਈ, ਜ਼ਰਾ ਥੋੜੀ ਲੱਤ ਪਿੱਛੇ ਕਰਾਇਓ ਜਾਂ ਅੱਗੇ ਕਰਾਇਓ, ਕੀ ਨਸਲ ਹੈ ਸਾਬਤ ਦੀ? ਫਰਾਜ ਭਾਈ ਇਹ ਫਰੀਜ਼ੀਅਨ ਚੋਲਾਸਤਾਨੀ ਜੀ ਤੇ ਜਰਸੀ ਦਾ ਕਰਾ, ਜਰਸੀ ਫਰੀਜ਼ੀਅਨ ਤੇ ਚੋਲਾਸਤਾਨੀ ਬਣ ਛੜਨੀ ਹੈ। ਵੈੜ ਗਰਮੀ ਕਰੇ ਤੇ ਵੈੜ ਹਾਜੀ ਬਾਜੀ ਹੈ ਜੀ, ਇਹ ਕਿਲੇ ਬਾਨੀ ਗਰਮੀ ਚ ਚੜੋ ਤੇ ਫਿਰ ਮੈਂ ਨਹੀਂ ਕੁਝ ਕਰ ਸਕਦਾ, ਲੇਕਿਨ ਵੈੜ ਗਰਮੀ ਕਰਨ ਵਾਲੀ ਨੇ ਅੰਕਲ ਜੀ ਜਾ ਕੇ ਕਰਿਓ। ਜਰਸੀ ਫਰੀਜ਼ੀਅਨ ਤੇ ਚੋਲਾਸਤਾਨੀ ਕਰਾਸ ਹੈ, ਸੁਆ ਦੂਸਰਾ ਸੂਈ ਹੈ, ਚਵਾਈ ਦੀ ਇੱਕੀ ਹੋਈ ਹੈ। ਆਈ ਸਾਹਿਬ ਪਹਿਲੀ ਚਵਾਈ ਚ ਕਿੰਨਾ ਕੁ ਬੋਲਾ ਕੱਢਿਆ ਭਾਈ? 9 to 10 kilo ਬੋਲਾ ਕੱਢਿਆ, ਅਲਹਮਦੁਲਿਲਾ ਬੱਚੇ ਨੂੰ ਪਿਆ ਕੇ ਜਾਨ ਨੂੰ ਪਲਾ ਕੇ ਪਹਿਲੀ ਚਵਾਈ ਚ 9 to 10 kilo ਮੋਨੀ ਕਾਦਾਵਰ, ਸੁਆ ਦੂਸਰਾ ਸੂਈ ਹੈ, ਮਜ਼ਬੂਤ ਕਰਾਸ ਹੈ, ਬਰੀਡ ਅੱਛੀ ਹੈ। ਕਰੋ ਜ਼ਰਾ ਖੜਾਕ, ਤੁਸੀਂ ਕਰਨਾ ਵੀ ਖੜਾ ਕੇ, ਖੜਾਕ ਹੀ ਕਰਾਂਗੇ, ਲੇਕਿਨ ਦੁੱਧ ਫਰਾਜ਼ ਭਾਈ ਵੀ ਅੱਲਾ ਖਿਆਲ ਰੱਖੇ ਕੋਈ 2-4 ਦਿਨ ਕੱਢ ਕੇ ਨਾ, ਫਿਰ ਦੋ ਚ ਪੈਂਦੀਆਂ ਨੇ ਤੇ ਇਹ ਨੇ ਬ੍ਰਾਂਡ ਜੀ ਜੀ 20-25 kilo ਘਰਾਂ ਨਾਲ ਅੱਲਾ ਦੇ ਹੁਕਮ ਨਾਲ ਪਿਛਲਾ ਵੀ ਜਿਹੜਾ ਨਾ ਰਿਕਾਰਡ ਮੇਰਾ ਮੈਂ ਹੀ ਦਿੱਤੀ ਵੈੜੀ, ਪਿਛਲਾ ਰਿਕਾਰਡ ਵੀ ਬੜਾ ਪਿਆਰਾ ਸੀ ਇਹਦਾ, ਮਾਸ਼ਾਅੱਲਾ 22-23 kilo ਰਿਕਾਰਡ ਸੀ ਪਹਿਲਾਂ, ਠੀਕ ਹੈ ਤਹਿਸੀਲ ਸਾਹੂ ਹੈ ਤੇ ਖੁਰਾਕ ਕੀ ਕਰਨੇ ਫਰਾਜ਼ ਭਾਈ? ਮੈਂ ਨਾ ਤੁਸੀਂ ਲਾਓ ਮੁੱਲ ਤੇ ਮੈਂ ਲਾਣਾ, ਤੁਸੀਂ ਰੇਟ ਜਿਹੜਾ ਦੱਸਿਆ ਉਂਝ ਖੜਾਕ ਲੈ ਫਰਾਜ਼ ਭਾਈ। ਵੈੜੀ ਦਾ ਮੁੱਲ 3,85,000 ਰੁਪਇਆ, ਕੋਈ ਭਰਾ ਬਹਿਸ ਨਾ ਕਰਿਆ, ਵੈੜੀਆਂ ਜੇ 5-5 lakh ਦੀਆਂ ਤੇ 4.5 ਜੀ ਜ਼ਿੰਦਾਬਾਦ, 3,85,000 ਗਲਤੇ ਤੇ ਦੱਸੋ ਸਰ ਚੀਜ਼ ਸੋਹਣੀ ਮਾਸ਼ਾਅੱਲਾ ਜੀ, ਕਿਸੇ ਪਾਸਿਓ ਅਲਹਮਦੁਲਿਲਾ ਮਾਸ਼ਾਅੱਲਾ ਖੁੰਜੀ ਨਹੀਂ ਹੋਈ ਦੀ ਵੈੜੀ, ਠੀਕ ਹੈ ਅੱਗੇ ਭਾਈ ਲਿਆਓ ਜੀ, ਝੋਟੀ ਲਿਆਓ ਜੀ, ਲੋ ਜੀ ਦੋਸਤੋ ਗੱਬਨ ਝੋਟੀ ਆਈ ਸਾਹਿਬ, ਉਹ ਜਿਹੜੀਆਂ ਪਰਾਂ 2 ਨਜ਼ਰ ਹੁੰਦੀਆਂ ਨੇ ਵੀ ਉਹ ਨਹੀਂ ਸ਼ਾਮਲ ਕਰਨੀਆਂ? ਨਹੀਂ ਉਹ ਨਹੀਂ ਸ਼ਾਮਲ, ਮਾਲ ਕਰਨਾ ਫਰਾਜ਼ ਭਾਈ ਉਹ ਕੱਚਾ ਯਾਰ, ਦਿਨ ਜਿਆਦਾ ਲੈਂਦਾ, ਉਹ ਅਗਲੀ ਵੀਡੀਓ ਚ ਲਾਵਾਂਗੇ। ਇਹ ਦਿਨ ਕਿੰਨੇ ਕੁ ਲੈਂਦੀ ਹੈ ਫਰਾਜ਼ ਭਾਈ? 10 to 12 ਦਿਨ ਲੈਂਦੀ ਹੈ, ਥਣਾਂ ਦੀ ਹਰ ਲਿਹਾਜ਼ ਦੀ ਗਰੰਟੀ ਹੋਈ ਸਾਡੀ 10 to 12 ਦਿਨ ਲੈਂਦੀ ਹੈ ਭਈ, ਇਹ ਵੀ ਹਲੇ ਕੱਚੀ ਹੈ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਬਰੀਕ ਚਮੜੀ ਹੈ ਭਾਈ ਜਾਨ, ਇੱਥੇ ਜ਼ਰਾ ਸਿੱਧੀ ਕਰਿਓ ਹਾਂ, ਸੁਆ ਕਿੰਨਵਾ ਸੋਹਣਾ ਭਾਈ ਇੱਥੇ ਖਿਲਾਰਿਓ ਭਾਈ, ਦੂਸਰਾ ਸੁਆ ਸੋਹਣਾ ਤੇ ਪਤਲੀ ਸਿੰਗਲ ਬਰੀਕ ਚਮੜੀ, ਸੁਆ ਦੂਸਰਾ ਸੋਹਣਾ ਭਾਈ ਇਹਦਾ, ਅਖੀਰੀ ਮੈਂ ਹੋਏ ਜੀ, ਠੀਕ ਹੈ ਠੀਕ ਹੈ, ਤੇ ਜੇ ਇਨਸ਼ਾਅੱਲਾ ਸੂਕ ਹੈ ਵੀ ਭੀੜ ਭਰਾ ਨੂੰ ਪਸੰਦ ਨਾ ਆਏ ਤੇ ਵਾਪਸ ਘਰ ਛੜੇ, ਠੀਕ ਹੈ ਥਾਣੇ ਵੀ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ, ਨੇਰਾ ਹੋ ਗਿਆ, ਧੁੰਨੀ ਦਾ ਵੀ ਨਿਸ਼ਾਨ ਹੀ ਹੈ, ਕੋਲੀ ਵੀ ਛੋਟੀ ਹੈ, ਬਰੀਕੀਆਂ ਦੋਸਤਾਂ ਵੇਖ ਲੈਣੀਆਂ ਨੇ, ਮੁੱਠੀ ਥਣ ਲੱਗੇ ਨੇ, 10 to 12 ਦਿਨ ਲੈਂਦੀ ਵੀ ਮਾਸ਼ਾਅੱਲਾ ਜੀ, ਗੱਬਨ ਝੋਟੀ ਹੈ, ਝੋਟੀਆਂ ਹੋਰ ਵੀ ਹੈ ਨੇ, ਲੇਕਿਨ ਉਹ ਜ਼ਿਆਦਾ ਕੱਚੀਆਂ ਨੇ, ਉਹ ਵੀਡੀਓ 'ਚ ਸ਼ਾਮਲ ਨਹੀਂ ਕੀਤੀਆਂ, ਬਰੀਕ ਚਮੜੀ ਟੋਰੋ ਭਾਈ ਜਾਨ, ਬਿੱਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗਤ ਸੇਮ, ਇੱਕ ਹੀ ਝੋਟੀ ਹੈ ਮਾਸ਼ਾਅੱਲਾ ਜੀ, ਤੇ ਪਿਓਰ ਨੀਲੀ ਦੀ, ਪਿਓਰ ਨੀਲੀ ਦੀ ਫਰਾਜ਼ ਭਾਈ, ਮਾਲ ਜੂ ਦਾ ਹੋਏ ਦਾ, ਝੋਟੀ ਜੂ ਦੀ ਹੋਏ ਦੀ ਜੀ, ਬਿਹਤਰ ਹੋ ਗਿਆ, ਲੋ ਜੀ ਦੋਸਤੋ ਜੂ ਦੀ ਨਾ ਹੋਏ ਦੀ, ਤੇ ਭਰਾਵਾ ਸਾਰਾ ਮਾਲ ਐਂਜੀ ਕੱਚੀ ਜ਼ਬਾਨੀ ਨੇ ਕਹਿੰਦੇ ਕਿ ਸਾਰਾ ਹੀ ਮਾਲ ਦੇ ਰਿਹਾ ਨੇ, ਅੱਲਾ ਦੇ ਹੁਕਮ ਨਾਲ ਜ਼ਬਾਨ ਚੁੱਕਿਆ ਖੜਿਆ, ਜੇ ਜੂਰੀ ਝੋਟੀ ਨਾ ਹੋਏ ਤੇ ਫ੍ਰੀ ਦੇ। ਜ਼ਿੰਦਾਬਾਦ, ਕੀ ਕੀਮਤ ਹੈ ਸਾਬਤ ਦੀ ਫਰਾਜ਼ ਭਾਈ? ਇਹਦੀ ਕੀਮਤ ਲਾ ਲਓ ਫਰਾਜ਼ ਭਾਈ, ਇਹਦੀ ਝੋਟੀ ਦੀ ਕੀਮਤ ਲਾ ਲਓ 3.5 lakh ਰੁਪਇਆ, 3,45,000 ਰੁਪਏ ਦੀ, 3,45,000-4 lakh ਰੁਪਏ ਦੀ, ਲੇਕਿਨ 3,45 ਦੀ ਸਿਰਫ 10-12 ਦਿਨ ਕੱਚੀ ਦੀ ਵਜ੍ਹਾ ਤੋਂ ਜੀ, ਜ਼ਬਰਦਸਤ ਹੋ ਗਿਆ, ਜੇ ਥਾਣ ਦੀ ਕੋਈ ਕਿਸੇ ਕਿਸਮ ਦੀ ਸੁਣਤਾ ਦੀ ਸ਼ਿਕਾਇਤ ਹੋਏ ਤੇ ਮੇਰੀ ਝੋਟੀ, ਠੀਕ ਹੈ 3,45। ਅੱਗੇ ਆ ਗਿਆ ਜੀ ਕੱਟਾ, ਦੋਂਦਾ ਕੀ ਖੀਰਾ? ਇਹ ਖੀਰਾ ਦੋਂਦਾ ਇਨਸ਼ਾਅੱਲਾ 5-6 ਗੁੱਥਿਆ ਮਾਸ਼ਾਅੱਲਾ ਜੀ, ਠੀਕ ਹੈ, ਡਰਦਾ ਜੇ ਗੋਸ਼ਤ ਵਾਸਤੇ ਜਾਂ ਬਰੀਡਿੰਗ ਵਾਸਤੇ? ਉਹ ਵੇਖ ਲਓ, ਲੇਕਿਨ ਨਸਲ ਅੱਛੀ ਹੈ ਫਰਾਜ਼ ਭਾਈ। ਚਲੋ ਜੀ, ਬਿੱਲੀਆਂ ਅੱਖਾਂ ਨੇ ਮਾਸ਼ਾਅੱਲਾ ਜੀ, ਰੱਖ ਲਓ ਤੇ ਭਾਵੇਂ ਇਹ ਤੂੰ ਦੋਵੇਂ ਬਿੱਲੀਆਂ ਨੇ ਕੀ ਦੋਵੇਂ ਬਿੱਲੀਆਂ ਨੇ ਜੀ, ਠੀਕ ਹੈ, ਪਾਣਾ ਹੀ ਰੱਖਣਾ ਹੀ ਕੱਟਾ ਬਾਈ ਟੋਰਿਓ, ਡਰਦਾ ਮਾਸ਼ਾਅੱਲਾ ਜੀ, ਇਹ ਵੀ ਗੁੱਥਿਆ ਸੇਰ ਦੋਸਤਾਂ ਵੇਖ ਲੈਣੀ ਹੈ, ਤੇ ਛੜ ਵੀ ਬੜਾ ਮਾਸ਼ਾਅੱਲਾ, ਪੁੱਠਾ ਵੀ ਦੋਸਤਾਂ ਚੈੱਕ ਕਰਨਾ ਮਾਸ਼ਾਅੱਲਾ ਜੀ, ਖੀਰਾ ਕੱਟਾ ਭਾਈ, ਇੱਥੇ ਜ਼ਰਾ ਸਿੱਧਾ ਕਰਿਓ ਜੀ, ਕਿੰਨੀ ਕੁ ਉਮਰ ਹੈ ਹਿਸਾਬ ਦੀ? ਫਰਾਜ਼ ਭਾਈ ਕੱਟਾ ਦੇ ਹੋ ਗਿਆ ਤਕਰੀਬਨ 1.5 ਸਾਲ ਦਾ। ਅੱਛਾ, ਗੁੱਥਿਆ ਮਾਸ਼ਾਅੱਲਾ, ਸਿਹਤ ਅੱਛੀ ਹੈ, ਸਿਹਤ ਅੱਛੀ ਹੈ, ਠੀਕ ਹੈ, ਚਿਹਰਾ ਵੀ ਦੋਸਤਾਂ ਵੇ, ਕਸਾਈਆਂ ਨੂੰ ਨਹੀਂ ਦੇਣਾ, ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ, ਚਲੋ ਹੁਣ ਫਰਾਜ਼ ਭਾਈ ਕਸਾਈ ਵੀ ਲਾਈ ਜਾਂਦੇ ਨੇ,
ਭਰਾ ਲਾਉਂਦੇ ਨੇ ਗੇੜਾ ਲੈ ਕੇ, ਨਹੀਂ ਮਾਲ ਨਹੀਂ ਹੈ ਦੇਣਾ। ਠੀਕ ਹੈ ਭਾਈ ਲੈ ਆਓ। ਹਾਂਜੀ ਨਹੀਂ, ਅਗਰ ਕਿਸੇ ਕਿਸਾਈ ਦੋਸਤ ਨੂੰ ਵੀ ਪਸੰਦ ਹੁੰਦਾ ਦੇਣਾ ਕਿ ਨਹੀਂ ਦੇਣਾ ਉਹਨੂੰ? ਫਰਾਜ਼ ਭਾਈ ਹੁਣ ਪਤਾ ਨਹੀਂ ਜਿਹਦੀ ਕਿਸਮਤ ਚ ਜਿਹਦੀ ਕਿਸਮਤ ਚ ਉਹਨੇ ਲੈ ਜਾਣਾ, ਲੇਕਿਨ ਮੈਂ ਆਪਣੀ ਕੋਸ਼ਿਸ਼ ਕੀਤੀ ਹੈ ਤੇ ਬਚੇ। ਠੀਕ ਹੈ, ਕੀ ਕੀਮਤ ਇਹਦੀ? ਫਰਾਜ਼ ਭਾਈ ਕਟਾ 1,10,000 to 15,000 ਦਾ, ਲੇਕਿਨ 1,00,000 ਰੁਪਏ ਦਾ ਕਟਾ। 1,50,000 ਇੱਕ ਕਾਪੀ? ਹਾਂਜੀ। ਠੀਕ ਹੈ, ਸਿਹਤਮੰਦ ਖੀਰਾ ਵੇ ਤੇ ਆ ਗਿਆ ਭਾਈ 3.25 ਮਨ ਹੁਣ ਵੀ ਗੋਸ਼ਤ ਠੀਕ ਹੈ, 3.25 ਮਨ ਤੁੱਤੇ ਕਟਾ ਹੋਇਆ ਗੋਸ਼ਤ ਦੇ ਭਾਅ ਤੋਂ ਵੀ ਥੱਲੇ ਮੁੱਲ ਰੱਖੇ। ਮਾਸ਼ਾਅੱਲਾ। ਅੱਗੇ ਭਾਈ ਲੈ ਆਓ ਜੀ ਕਟਾ ਨੰਬਰ 2, ਇਹ ਵੀ ਖੀਰਾ ਵੇ ਛੋਟਾ ਕਟਾ ਹੈ, ਇਹ ਪੈਕੇਜ ਹੈ ਮਾਸ਼ਾਅੱਲਾ ਜੀ ਭਾਈ। ਇਹ ਸਾਡ ਨੌ ਜੀ, ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੇ ਰੰਗ ਸੇਮ ਹੈ। ਮੁੱਲ ਫਰਾਜ਼ ਭਾਈ ਮੈਂ ਤੁਹਾਡੇ ਕੋਲ ਲਵਾ ਲੈਣਾ ਹਜੇ। ਠੀਕ ਹੈ, ਮੈਂ ਸੁੱਟ ਛੱਡਣਾ ਜੋਰ ਥੱਲੇ ਨੂੰ। ਕੋਈ ਨਹੀਂ ਗੱਲ, ਥੋੜੀ ਜਿਹੜਾ ਜਿਹੜਾ ਆਇਓ ਭਾਈ ਲੈ ਆਓ। ਲਓ ਦੋਸਤੋ, ਮੇਰੀ ਉਂਝ ਦਿਲ ਦੀ ਖਾਹਿਸ਼ ਹੁੰਦੀ ਹੈ। ਠੀਕ ਹੈ, ਜਸਾਮਤ ਦੋਸਤਾਂ ਦੀ ਵੇਖ ਲੈਣੀ ਹੈ, ਇਹ ਸਿਹਤ ਵੇਖ ਲੈਣੀ ਮਾਸ਼ਾਅੱਲਾ ਜੀ। ਤੇ ਖੀਰਾ ਕੱਟਾ ਕਿੰਨੀ ਕੁ ਮਰਿਆ ਹਿਸਾਬ ਦੀ? ਭਾਈ ਜ਼ਰਾ ਇੱਥੇ ਸਿੱਧਾ ਕਰਿਓ ਜੀ। ਤੇ ਪੈਕੇਜ ਜੀ ਮਾਸ਼ਾਅੱਲਾ ਜੀ ਸਿਹਤ ਅੱਛੀ ਹੈ, ਗੁੱਥੇ ਹੈ ਤੇ ਕੋਈ 8-9 ਮਹੀਨੇ ਦੀ ਉਮਰ ਹੈ ਜੀ। ਆਈ ਸਾਹਿਬ ਕੀ ਕੀਮਤ ਹੈ ਜੀ? ਫਰਾਜ਼ ਭਾਈ ਇਹਦੀ ਕੀਮਤ ਭਰਾ ਲਾਣੀ ਅੱਜ 38,000। ਹੈ ਕੋਈ ਗੱਲ ਨਹੀਂ, 38,000 39, ਲੇਕਿਨ ਕੋਈ ਨਹੀਂ ਹੁਣ 38 ਗਿਆ, 38 ਰਹਿਣ ਦੇ, ਹੁਣ ਨਾ ਵਧਾਓ, ਮੇਰਾ ਭਲਾ ਨਾ ਕਰੋ। ਲੇਕਿਨ ਜਾਨ ਹੁਣ ਡੇ ਮੈਂ ਨਹੀਂ ਤੁਹਾਨੂੰ ਕਿਹਾ ਮੁੱਲ ਲਾਓ, ਲੇਕਿਨ ਤੁਸੀਂ ਲਾੜਿਆ ਕੋਈ ਗੱਲ ਨਹੀਂ, 38,000 ਦੇ ਭਰਾ। ਨਹੀਂ ਤੁਸੀਂ 40 ਲਾਣਾ ਸੀ ਸ਼ੁਰੂ ਚ, 40 ਗਿਆ, ਮੈਂ ਦੋ ਹੋਰ ਘਟਾ ਦਿਓ। ਨਹੀਂ 30 ਠੀਕ ਹੈ ਜੀ, 38,000 ਹੀ ਲਾ ਦਿਓ, ਲੇਕਿਨ ਕੋਈ ਭਰਾ ਬਹਿਸ ਨਾ ਕਰੇ। ਠੀਕ ਹੈ, ਤੇ ਭਰਾਵਾਂ ਨਾਲ, ਭਰਾਵਾਂ ਦੇ ਤਾਵਨ ਨਾਲ, ਅੱਲਾ ਦੀ ਜ਼ਾਤ ਦੀ ਤਾਵਨ ਦੇ ਨਾਲ, ਅੱਲਾ ਖੈਰ ਸਾਰਿਆਂ ਭਰਾਵਾਂ ਦਾ ਭਲਾ ਕਰੇ ਤੇ ਸਲਾਮ ਅਲੈਕੁਮ ਜੀ। ਬਹੁਤ ਸ਼ੁਕਰੀਆ ਸਾਹਿਬ, ਜਾਜ਼ਾ ਚਾਹੁੰਦੇ ਅੱਲਾ।